আসসালামু আলাইকুম দোস্তো পাক پنجاب টিভি দি তরফੋਂ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ দোস্তੋ ਇਹ ਮেইন ਰੋਡ ਇਚੇ ਕਰ ਲੋ ਆਪਾਂ ਖੜੇ ਆ ਬਹਾਵਲ ਨਗਰ ਮਿਚਨਾਬਾਦ ਮেইন ਰੋਡ ਦੇ ਬਿਲਕੁਲ ਉੱਪਰ ਆ ਵੇਖੋ দোস্তੋ ਇਸ ਸਾਈਡ ਤੇ ਹੈ ਬਹਾਵਲ ਨਗਰ ਸ਼ਹਿਰ ਜਿੱਥੇ ਮੋਟਰਸਾਈਕਲ ਜਾ ਰਿਹਾ ਹੈ ਇਸ ਸਾਈਡ ਤੇ ਬਹਾਵਲ ਨਗਰ ਸ਼ਹਿਰ ਹੈ ਕਾ ਜੀ ਤੇ ਦੂਸਰੀ ਸਾਈਡ ਤੇ ਮੈਂ ਦਿਖਾਣਾ দোਸਤਾਨੋ ਆ ਸਾਹਮਣੇ দোস্তੋ ਇਸ ਸਾਈਡ ਤੇ ਹੈ ਮਿਚਨਾਬਾਦ ਸ਼ਹਿਰ ਤੇ ਇਹ ਵੇਖੋ ਇਹ ਸਾਹਮਣੇ ਹੈਗੀ ਆਪਣੀ ਜ਼ਮੀਨ ਕਿ ਮੇਨ ਰੋਡ ਦੇ ਤੇ ਆਪਣੀ ਜ਼ਮੀਨ ਦੇ ਦਰਮਿਆਨ ਚ ਇੱਕ ਛੋਟਾ ਜਿਹਾ ਨਾਲਾ ਹੈਗਾ ਆਪਾਂ ਦੋਸਤਾਂ ਨੂੰ ਦਿਖਾ ਰਹੇ ਹਾਂ ਨਾ ਆਹ ਸਾਹਮਣੇ ਇਹ ਵੇਖੋ ਇਹ ਸਾਹਮਣੇ ਆਪਣੀ ਜ਼ਮੀਨ ਹੈ ਤੇ ਛੋਟਾ ਜਿਹਾ ਨਾਲਾ ਹੈਗਾ ਆਪਾਂ ਨਾਲਾ ਕਰਾਸ ਕਰਨਾ ਹੈ ਤੇ ਅੱਗੇ ਆਪਣੀ ਜ਼ਮੀਨ ਹੈ ਕਿ ਮੇਨ ਰੋਡ ਤੇ ਆਪਣੀ ਜ਼ਮੀਨ ਦਾ ਤਕਰੀਬਨ ਕੋਈ 4-5 ਏਕੜ ਦਾ ਫਰੰਟ ਹੈਗਾ ਜੀ ਆਹ ਵੇਖੋ ਆਪਾਂ ਨਾਲਾ ਕਰਾਸ ਕਰਦੇ ਪਏ ਨਾ ਤੇ ਅੱਗੇ ਇੱਕ ਕਾਰਪਟ ਰੋਡ ਦੀ ਦੋਹਾਂ ਸਾਈਡਾਂ ਤੇ ਇਹ ਆਪਣੀ ਜ਼ਮੀਨ ਹੈਗੀ ਜੀ ਚੈੱਕ ਕਰ ਲੋ ਦੋਸਤੋ ਗੱਲ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਇੱਥੇ ਕਲੋਨੀ ਵੀ ਕਰ ਸਕਦੇ ਏ ਇਹ ਕਾਰਪਟ ਰੋਡ ਨਾ ਜਿਹੜਾ ਕਿ ਮੇਨ ਰੋਡ ਦੇ ਨਾਲ ਟੱਚ ਹੁੰਦਾ ਪਿਆ ਹੈ ਆਪਾਂ ਦੋਸਤਾਂ ਨੂੰ ਦਿਖਾ ਚੁੱਕੇ ਆ ਇਹਦੀ ਦੋਵਾਂ ਸਹੜਾਂ ਤੇ ਆਪਣੀ ਜ਼ਮੀਨ ਚ ਐ ਵੇਖੋ ਇਹ ਦਰਮਿਆਨ ਦੇ ਵਿੱਚ ਰਸਤਾ ਨਾ ਪੱਕਾ ਕਾਰਪਟ ਰੋਡ ਏ ਤੇ ਦੋਵਾਂ ਸਹੜਾਂ ਤੇ ਆਪਣੀ ਜ਼ਮੀਨ ਹੈ ਇਹ ਸਾਈਡ ਤੇ ਵੇਖੋ ਦੁਕਾਨਾਂ ਦੋਸਤਾਂ ਨੂੰ ਮੈਂ ਟਿਊਬਲ ਡੇਰਾ ਇੱਥੇ ਟਰਪੈਨ ਵੀ ਹੈਗੀ ਜੀ ਇਹ ਆਪਾਂ ਨੂੰ ਆਪਣੀ ਜ਼ਮੀਨ ਤੇ ਅੰਦਰ ਮਿਲੇਗਾ ਦੋਸਤੋ ਮੁਕੰਮਲ ਜ਼ਮੀਨ ਦੇ ਵਿੱਚ ਚਾਵਲ ਦੀ ਫਸਲ ਕਾਸ਼ਤੇ ਜਿਹੜੀ ਕਿ ਕੁਝ ਤਿਆਰ ਹੋ ਗਈ ਸੀ ਉਹ ਮਾਲਕ ਨੇ ਕੱਟ ਲਈਏ ਤੇ ਬਾਕੀ ਜਿਹੜੀ ਕਿ ਐਸਰ ਤੇ ਕੁਝ ਬਾਕੀ ਹੈ तमाम ਜ਼ਮੀਨ ਦੇ ਵਿੱਚ ਚਾਵਲ ਦੀ ਫਸਲ ਆ ਵੇਖੋ ਦੋਸਤੋ ਅਪ ਫਿਰ ਦਿਖਾ ਰਹੇ ਆ ਕਿ ਦਰਮਿਆਨ ਦੇ ਵਿੱਚ ਸਿਰਫ ਇੱਕ ਨਾਲਾ ਹੈਗਾ ਇਹ ਕਿ ਤੁਸੀਂ ਇਹ ਨਾਲੇ ਤੇ ਪੁਲ ਬਣਾ ਕੇ ਆਪਣੀ ਜ਼ਮੀਨ ਦੀ ਕਿ ਪਟ્રોલ ਪੰਪ ਹੋਰ ਵੀ ਕਿਹਾਂ ਕਾਰੋਬਾਰ ਦੇ ਗਿਆ ਸਕਦੀ ਹੈ ਕਿ ਕਲੂਨੀ ਤੁਸੀਂ ਮੌਕਤ ਕਰ ਸਕਦੇ ਜਨਾ ਤੁਸੀਂ ਕਲਉਨੀ ਮੌਕੇ ਤੇ ਕਰ ਸਕਦੇ ਜੇ ਲੇਕਿਨ ਪੈਟਰੋਲ ਪੰਪ ਫੈਕਟਰੀਆਂ ਹਰ ਵਾਸਤੇ ਜਿਹੜੀ ਕਿ ਆਪਣੀ ਜ਼ਮੀਨ ਜਿਹੜੀ ਕਿ ਬਣ ਜਾਏਗੀ ਜਦੋਂ ਤੁਸੀਂ ਦਾ ਪੁਲ ਬਣਾ ਲਓਗੇ ਤਾਂ ਦੋਸਤੋ ਲੋਕੇਸ਼ਨ ਦੇ ਹਿਸਾਬ ਨਾਲ ਮੌਕੇ ਦੇ ਹਿਸਾਬ ਨਾਲ ਇਹ ਆਪਣੇ ਕੋਲੇ ਇੰਤਖਾਈ ਸਸਤੀ ਜ਼ਰੀ ਜ਼ਮੀਨ ਹੈ ਕਿ ਐਨੀ ਕਮ ਇਨ ਦੀ ਡਿਮਾਂਡ ਹੋਵੇਗੀ ਜਿਹੜੀ ਕਿ ਡਿਮਾਂਡ ਮੇਰੇ ਹਰ ਦੋਸਤ ਦੇ ਹਰ ਸਬਸਕ੍ਰਾਈਬਰ ਦੇ ਪਸੰਦ ਆਵੇਗੀ ਕਿ ਆਪਣੇ ਕੋਲੇ ਇੰਤਖਾਈ ਕਮ ਕੀਮਤ ਵਿੱਚ ਦੋਸਤੋ ਇਹ 61 ਏਕੜ ਜ਼ਰੀ ਜ਼ਮੀਨ ਹੈ ਆ ਡੇਰਾ ਇਹ 12 ਇਥਰਪੈਨ ਹੈਗੀ ਆਪਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ ਦੋਸਤੋ ਇੰਦੇ ਵਿੱਚ ਤਕਰੀਬਨ ਕੋਈ 2 ਟਰਪੈਨ ਹੈਗੀਆਂ ਜੀ ਇਹ 68 ਏਕੜ ਜ਼ਰੀ ਜ਼ਮੀਨ ਦੇ ਵਿੱਚ ਤੇ ਇਹ ਜ਼ਮੀਨ ਨੂੰ ਸਾਲ ਦਾ ਨਹਿਰੀ ਪਾਣੀ ਲੋਕੇਸ਼ਨ ਦੋਸਤੋ ਨੂੰ ਮੈਂ ਦੱਸ ਦਿੰਨਾ ਕਿ ਜ਼ਿਲ੍ਹਾ ਬਹਾਵਲ ਨਗਰ ਤੇ ਬਹਾਵਲ ਨਗਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਸਫ਼ਰ ਹੈਗਾ ਜੀ ਜਿਹੜਾ ਕਿ ਮੈਨ ਲੋੜ ਹੈਗਾ ਨਾ ਆਪਾਂ ਜਿੱਥੋਂ ਵੀਡੀਓ ਸ਼ੁਰੂ ਕਰਦੇ ਪਏ ਆ ਦੋਸਤੋ ਇੱਥੋਂ ਬਹਾਵਲ ਨਗਰ ਸ਼ਹਿਰ ਸਿਰਫ 8 ਕਿਲੋਮੀਟਰ ਸਫ਼ਰ ਤੇ ਹੈਗਾ ਜੀ ਤੇ ਬਹਾਵਲ ਨਗਰ ਮਿਚਨਾ ਬਾਦ ਮੇਨ ਰੋਡ ਦੇ ਬਿਲਕੁਲ ਉੱਪਰ ਆਪਣੀ ਜ਼ਮੀਨ ਪਈ ਆਪਾਂ ਦੋਸਤਾਂ ਨੂੰ ਬਾਰ-ਬਾਰ ਦਿਖਾ ਰਹੇ ਹਾਂ ਦੋਸਤੋ ਇਹ ਜਿਹੜੀ ਜ਼ਮੀਨ ਦੀ ਵੀਡੀਓ ਮੈਂ ਆਈ ਤੂੰ 2.5 ਸਾਲ ਪਹਿਲੇ ਯਾਨੀ ਕਿ 2 ਸਾਲ ਤੇ ਅੰਦਾਜ਼ਨ 6 ਮਹੀਨੇ ਪਹਿਲੇ ਵੀ ਮੈਂ ਅਪਲੋਡ ਕੀਤੀ ਸੀ ਆਪਣੇ ਇਸੇ ਚੈਨਲ ਤੇ ਜਿਹੜੇ ਕਿ ਮੇਰੇ ਪੁਰਾਣੇ ਸਬਸਕ੍ਰਾਈਬਰ ਹੈਗੇ ਨੇ ਹੋ ਸਕਦਾ ਉਹਨਾਂ ਨੇ ਜਿਹੜੀ ਕਿ ਜ਼ਮੀਨ ਹੈਗੀ ਏ ਇਹ ਪਛਾਣ ਲਈ ਹੋਵੇ ਕਿ ਆਈ ਤੂੰ ਮੈਂ 2.5 ਸਾਲ ਪਹਿਲੇ ਇਹ ਮੈਂ ਵੀਡੀਓ ਅਪਲੋਡ ਕੀਤੀ ਸੀ ਇਸੇ ਜ਼ਮੀਨ ਦੀ ਤੇ ਉਦੋਂ ਜ਼ਮੀਨ ਏਗੀ ਸੀ 91 ਮੇਕੜ ਦੋਸਤੋ ਉਦੋਂ ਜ਼ਮੀਨ ਏਗੀ ਸੀ 92 ਏਕੜ ਵਿੱਚੋਂ 30 ਏਕੜ ਜ਼ਮੀਨ ਸੇਲ ਹੋ ਗਈ ਸੀ ਤੇ ਅੱਜ ਜ਼ਮੀਨ ਏਗੀ ਇਹ 62 ਏਕੜ ਉਦੋਂ ਹੀ ਮੈਂ ਗੱਲ ਕੀਤੀ ਸੀ ਕਿ ਇਹਦੇ ਵਿੱਚ 4 ਟਰਪੈਨਾ ਹੈਗੀਆਂ ਨੇ ਤਕਰੀਬਨ 4 ਡੇਰੇ ਹੈਗੇ ਨੇ ਤੇ ਹੁਣ ਵੀ ਦੋਸਤੋ ਨੂੰ ਦੋ ਡੇਰੇ ਮਿਲ ਜਾਣਗੇ ਦੋ ਟਰਪੈਨਾ ਮਿਲ ਜਾਣਗੀਆਂ ਇਹ 62 ਏਕੜ ਜ਼ਮੀਨ ਦੇ ਵਿੱਚ ਦੋਸਤੋ ਅੱਜ ਤੋਂ 2.5 ਸਾਲ ਪਹਿਲੇ ਮੈਂ ਇਹ ਡਿਮਾਂਡ ਕੀਤੀ ਸੀ 22 ਲੱਖ ਪਰ ਏਕੜ ਦੇ ਹਿਸਾਬ ਨਾਲ ਕਿਸੇ ਦੋਸਤ ਨੇ ਉਹ ਪੁਰਾਣੀ ਵੀਡੀਓ ਵੇਖਣੀ ਹੋਵੇ ਚੈੱਕ ਕਰਨੀ ਹੋਵੇ ਜਿੱਥੇ ਮੈਂ ਇਹ ਡਿਮਾਂਡ ਕੀਤੀ ਸੀ 22 ਲੱਖ ਪਰ ਏਕੜ ਦੇ ਹਿਸਾਬ ਨਾਲ ਤੁਸੀਂ ਮੈਨੂੰ WhatsApp ਤੇ ਰਾਬਤਾ ਕਰ ਲੈ ਜੀ ਆਪਾਂ ਤੁਹਾਨੂੰ ਫੌਰਨ ਜਿਹੜਾ ਕਿ ਪੁਰਾਣਾ ਲਿੰਕ ਹੈਗਾ ਪੁਰਾਣੀ ਵੀਡੀਓ ਹੈਗੀ ਆਪਾਂ ਤੁਹਾਨੂੰ ਸੈਂਡ ਕਰ ਦੇਾਂਗੇ ਕੋਈ ਮਸਲਾ ਹੀ ਨਹੀਂ ਹੈਗਾ ਤੇ ਬਾਕੀ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਜ਼ਮੀਨ ਪ੍ਰਾਪਰਟੀ ਇੱਕ ਐਸੀ ਚੀਜ਼ ਹੈ ਕਿ ਜਿੱਥੇ ਮਰਜ਼ੀ ਹੋਵੇ ਇਹਦੀ ਕੀਮਤ ਵਧਦੀ ਹੁੰਦੀ ਕਿ ਇਹਦੀ ਕੀਮਤ ਕਦੇ ਵੀ ਘਟ ਨਹੀਂ ਹੋ ਸਕਦੀ ਕਿ ਵਾਹਦ ਇਸ ਤਰ੍ਹਾਂ ਦੀ ਚੀਜ਼ੇ ਕਿ ਜਿੰਦੀ ਡਿਮਾਂਡ ਦਿਨ ਗੁਜ਼ਰਨ ਨਾਲ ਨਾਲ ਵਕਤ ਨਾਲ ਨਾਲ ਵਧਦੀ ਹੁੰਦੀ ਹੈ ਘਟਦੀ ਨਹੀਂ ਹੁੰਦੀ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਸੀ ਅੱਜ ਤੂੰ 22 ਸਾਲ ਪਹਿਲੇ 22 ਲੱਖ ਰੁਪਏ ਤੇ ਅੱਜ ਦੀ ਡਿਮਾਂਡ ਕਰਦੇ ਪੈਨੇ ਮਾਲਕਾਨ ਹਜ਼ਰਤ 30 ਲੱਖ ਰੁਪਏ ਫਾਈਨਲ ਤਕਰੀਬਨ ਕਿ 30 ਲੱਖ ਦੇ ਵਿੱਚੋਂ ਆਪਾਂ ਹਲਕੀ ਫੁਲਕੀ ਕਮੀ ਪੇਸ਼ੀ ਕਰਵਾ ਸਕਨੇ ਆ ਦੋਸਤੋ 30 ਲੱਖ ਰੁਪਿਆ ਪਰ ਏਕੜ ਦੇ ਹਿਸਾਬ ਨਾਲ ਇੰਦੀ ਡਿਮਾਂਡ ਹੈ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਸਾਲ ਦਾ ਨਹਿਰੀ ਪਾਣੀ ਟਰਪੈਨ ਦੋਸਤਾਂ ਨੂੰ ਇੱਕ ਦੋ ਜ਼ਮੀਨ ਦੇ ਅੰਦਰ ਮਿਲਣ ਗਈਆਂ ਤੇ ਡੇਰੇ ਵੀ ਤੁਹਾਨੂੰ ਇਹ ਜ਼ਮੀਨ ਦੇ ਅੰਦਰ ਮਿਲਣਗੇ ਜਿਹੜਾ ਲਿੰਕ ਰੋਡ ਹੈ ਜਿਹੜਾ ਕਾਰਪਟ ਰੋਡ ਹੈ ਜਿਹੜਾ ਆਪਣੀ ਜ਼ਮੀਨ ਦੇ ਵਿੱਚੋਂ ਲੰਘਦਾ ਪਿਆ ਹੈ ਇਹ ਸਰਕਾਰੀ ਇੰਦੇ ਦਾ ਤਕਰੀਬਨ ਕੋਈ 10-12 ਏਕੜ ਦਾ ਫਰੰਟ ਹੈਗਾ ਜੀ कि तू इस लिंक रोड से कारपेट रोड पर दस बारह एकड़ का फ्रंट मिलेगा जो मेन रोड हैगा जो आप मेन रोड दोस्तों दिखा रहे हैं शुरू तो जरा कि बहावर नगर मिचनाबाद मेन रोड है उस मेन रोड के उपर इनका एकड़ है जी कि ढाई एकड़ जमीन एक कारपेट रोड एक सैड पर पई तो ढाई एकड़ का फरंट दूसरी साइड पर पैया कि वे रोड पर बहावर नगर मिचनाबाद मेन रोड पर ਤਕਰੀਬਨ ਕੋਈ 5 ਏਕੜ ਦਾ ਤੁਹਾਨੂੰ ਫਰੰਟ ਮਿਲੇਗਾ ਤੇ ਜਿਹੜਾ ਇਹ ਕਾਰਪਟ ਰੋਡ ਏ ਇਹ ਦਰਮਿਆਨ ਦੇ ਵਿੱਚ ਇਸ ਤੇ ਵੀ ਤੁਹਾਨੂੰ ਤਕਰੀਬਨ ਕੋਈ 10 12 ਏਕੜ ਦਾ ਫਰੰਟ ਮਿਲੇਗਾ ਕਿ 10 12 ਏਕੜ ਦਾ ਫਰੰਟ ਹੈਗਾ ਇਹਦਾ ਲਿੰਕ ਰੋਡ ਤੇ ਤੇ ਵੱਡੇ ਮੇਨ ਰੋਡ ਤੇ ਦਾ ਫਰੰਟ ਹੈਗਾ 5 ਏਕੜ ਦਾ ਤੁਸੀਂ ਇਹ ਗੱਲ ਆਪਣੀ ਨੋਟ ਕਰ ਲਓ ਸਭਨਾਂ ਸਕਰੀਨ ਤੇ ਦੋਸਤੋ ਨੂੰ ਆਪਣੇ ਕਾਲ ਐਂਡ ਵਟਸਐਪ ਨੰਬਰ ਬਲਕੇ ਆਪਣੀ ਆਫਿਸ ਦੀ ਤਸਵੀਰ ਮਿਲ ਗਈ ਹੋਣੀਗੀ ਤੇ ਆਪਣਾ ਆਫਿਸ ਅਰਫ ਫਲਸ਼ਰ ਇਹ ਮੇਰੇ ਦੋਸਤਾਂ ਨੂੰ ਪਤਾ ਹੈ ਇਹ ਨੰਬਰ ਉੱਪਰ ਵਾਲਾ ਇਹ ਪਾਈ ਸ਼ਫਕਤ ਸਾਹਿਬ ਦਾ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਜੀ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਜੀ ਇਹ ਨੰਬਰ نیچے ਵਾਲਾ ਦੋਸਤੋ ਇਹ ਮੇਰਾ ਹੈਗਾ ਇਹ ਇਸ ਤੇ ਕਾਲ ਤੇ ਜਵਾਬ ਮਸੂਲ ਨਾ ਹੋਵੇ ਦਰਾਂ ਨੇ ਮੁਸਰਫੀਅਤ ਨੰਬਰ ਪਾਵਰ ਆਫ ਹੋਵੇ ਲੇਕਿਨ ਆਪਣੀ ਵਟਸਐਪ ਚ 24 ਘੰਟੇ ਔਨ ਹੁੰਦੀ ਹੈ ਤੁਸੀਂ ਕਿਸੇ ਵੀ ਟਾਈਮ ਚੈਟ ਕਰੋਗੇ ਵਾਇਸ ਮੈਸੇਜ ਕਰੋਗੇ ਤੁਹਾਨੂੰ ਫੌਰਨ ਉਂਦੀ ਰਿਪਲਾਈ ਮਿਲੇਗੀ ਤੇ ਦੋਸਤੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮੈਂਟ ਸਿਲਕੇ ਪੇਚੋ ਇਨਸ਼ਾਅੱਲਾ ਤਾਲਾ ਬਾਸ਼ਰਤ ਜ਼ਿੰਦਗੀ ਬਾਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼